ਹਾਂਜੀ ਉਸਤਸਰੀ ਹਾਲਜੀ ਸਾਰਿਆਂ ਨੂੰ ਨਮਸਤ। ਬਾਜੀ ਮੁੱਦਾ ਮੜਾ ਜਾਂ ਹੋਰ ਪਾਸੇ ਲੰਘ ਗਿਆ ਜੀ। ਗੱਲ ਜਿਹੜੀ ਹੋਣੀ ਸੀ ਉਹ ਹੋ ਨਹੀਂ ਰਹੀ ਹੈ ਜੀ। ਬਾਜੀ ਇਹ ਕਹ ਰਿਹਾ ਕਿ ਗੱਲ ਬਹੁਤ ਉੱਚੀ ਲੰਗੀ ਹੈ ਗੱਲ ਤੇ ਜਿਹੜਾ ਹਮਨ ਸੋਲਵ ਕਰ ਸਕਦਾ ਜੀ ਉਹ ਕਰ ਸਕਦਾ ਹੈ ਸਟ੍ਰਿੰਗ ਕੋਟ ਦਾ ਇਹ ਜੱਜ ਸਾਹਿਬ ਜੀ। ਵਕੀਲ ਜਿਹੜੇ ਉਹ ਲੱਗੇ ਹੋਏ ਉਹ ਜੱਜ ਸਾਹਿਬ ਜਿਹੜੇ ਉਹ ਕਰ ਸਕਣਗੇ ਹੁਣ ਗੱਲ ਐਂਡ। ਭਾਜੀ ਨਹੀਂ ਤੁਸੀਂ ਕਰ ਸਕਦੇਗਾ ਲੰਡ ਤੁਸੀਂ ਰਸੈਂਦੋ ਵਕੀਲਾਂ ਨੂੰ ਤੇ ਉਹਨਾਂ ਨੂੰ ਕਹੋ ਵੀ ਜੱਜ ਸਾਹਿਬ ਨੂੰ ਸੈਂਡ ਕਰਨ ਵੀ ਇਹ ਜਿਹੜਾ ਸਾਰਾ ਕੁਝ ਮੈਂ ਕੀਤਾ ਵੇ ਇਹਨੂੰ ਮੈਂ ਰਿਜੈਕਟ ਕਰ ਲੱਗਿਆ ਵਾ ਸਾਡੀ ਗੱਲ ਨਿਬੜ ਗਈ ਹੈ ਜੀ ਜੇ ਇੱਜਤਦਾਰ ਬੰਦਾ ਤਾਂ ਕਰੂੰਗਾ ਇਹ ਜੇ ਤੂੰ ਉਦਾਂ ਜਿੱਦਾਂ ਮੈਂ ਪਹਿਲਾਂ ਕਿਹਾ ਤੈਨੂੰ ਤੇਰੇ ਅੰਦਰ ਲਾਲਚ ਬੋਲਦਾ ਪਿਆ ਤੇਰੇ ਚ ਕਿਲਾ ਜਿਹੜਾ ਇਹ ਜੇਲਾਟੀ ਨਾਲ ਦਾ ਕਿਲਾ ਜਿਹੜਾ ਦੇ ਤੇਰੇ ਵਿੱਚੋਂ ਨਹੀਂ ਗਿਰਦਾ ਪਿਆ ਦੇਖੀ ਟਾਈਮ ਲਈ ਗਿਰ ਜਾਣਾ ਪਰ ਤੂੰ ਜੇ ਨਹੀਂ ਕੀਤਾ ਹੈ ਇਹ ਧਮਕੀ ਨਹੀਂ ਹੈਗੀ ਜੇ ਨਹੀਂ ਕੀਤਾ ਤੂੰ ਆਪੇ ਪਰਸ਼ਾਨ ਹੋਣਾ ਕਿਉਂਕਿ ਜਿਹੜਾ ਬੰਦਾ ਗਲਤੀ ਕਰਦਾ ਨਾ ਉਹਨੂੰ ਬਾਅਦ ਚੋਂ ਪਤਾ ਲੱਗਦਾ ਉਹ ਮਹਿਸੂਸ ਹੁੰਦਾ ਗਲਤੀ ਦਾ ਜਵਾਗ ਅੱਜਕੱਲ ਬਈ ਤੂੰ ਕਹਿੰਦਾ ਜਵਾਗ ਆ ਨਾ ਹਸਨਵੀਰ ਨੂੰ ਤੂੰ ਕਹੀ ਜਾਂਦਾ ਜਵਾਗ ਆ ਜਵਾਗ ਆ ਜਵਾਗ ਅੱਜਕੱਲ ਕੋਈ ਨਹੀਂ ਹੈਗਾ ਜੀ ਮੇਰੇ ਖਿਆਲ ਨਾਲ ਮਹੱਲੇ ਦੇ ਬੱਚਾ ਜਿਹੜਾ 10 ਸਾਲ ਦਾ ਹੁੰਦਾ ਉਹਨੂੰ ਤੇਤ ਬਾਰੇ ਉਹਨੂੰ ਜ਼ਿਆਦਾ ਪਤਾ ਹੋਣਾ ਅੱਜਕੱਲ ਟੈਕਨੋਲੋਜੀ ਬਾਰੇ ਅੱਜਕੱਲ ਆਪਾਂ ਰੋਂਗ ਹੋ ਜਾਂਦੇ ਆ ਜਦ ਕਿਸੇ ਨੂੰ ਕਹਿੰਦੇ ਆ ਵੀ ਉਹ ਜਵਾਕ ਆ ਅੱਜ ਕੱਲ ਕੋਈ ਜਵਾਕ ਨਹੀਂ ਹੈਗਾ ਸਾਰਿਆਂ ਦਾ ਦਿਮਾਗ ਅੱਜ ਕੱਲ ਇੰਨਾ ਪ੍ਰਮਾਤਮਾ ਨੇ ਪਕਸ਼ਾ ਕਿ ਉਹ ਚੰਗੇ ਭਲੇ ਬੰਦੇ ਨੂੰ ਹਰਾ ਸਕਦਾ ਇੱਕ ਡਿਬਗ ਦੇ ਵਿੱਚ ਠੀਕ ਹੈ ਜੀ ਸੌਰੀ ਮੈਂ ਇਹ ਕਹਿਣਾ ਚਾਹੁੰਦਾ ਸੀ ਬਸ ਇਹ ਵੀਡੀਓ ਵਿੱਚ ਕਿ ਤੁਸੀਂ ਕਹਿ ਰਹੇ ਆ ਕਿ ਕਿ ਹੁਣ ਜਜ ਨੇ ਵਕੀਲਾਂ ਨੇ ਉਹਨਾਂ ਨੇ ਸਾਰਿਆਂ ਨੇ ਕਰਨਾ ਨਾ ਸਾਰਾ ਕੁਝ ਕੋਰਟ ਨੇ ਕਰਨਾ ਸਾਰਾ ਕੁਝ ਹੁਣ ਇਹ ਗੱਲ ਤਾਂ ਤੁਸੀਂ ਪੇਪਰ ਬਣਾ ਕੇ ਉੱਚ ਸੈਂ ਕਰਕੇ ਆਪਣੇ ਦੋ ਵੀ ਮੈਸ ਜਿਹੜਾ ਸਾਰਾ ਕੁਝ ਸਟਾਰਟ ਸਟੈਂਡ ਰੱਖਿਆ ਭਾਈ ਇਹਨਾਂ ਨੂੰ ਹੁਣ ਰਿਜੈਕਟ ਕਰਨ ਲੱਗਾ ਜਿਹੜਾ ਮੈਂ ਸਾਰਾ ਕੁਝ ਬਿਲਡ ਕੀਤਾ ਵਾ ਇਹ ਇਹ ਮੇਰੀ ਗਲਤੀ ਸੀ ਮੈਂ ਮਾਫੀ ਮੰਗਦਾ ਮਾਫੀ ਮੰਗ ਲਈ ਦੀ ਜਦ ਲੋਡ ਪੈਂਦੀ ਆ ਮੈਂ ਮਾਫੀ ਮੰਗਦਾ ਤੇ ਹੁਣ ਮੈਂ ਇਹਨੂੰ ਸਾਰਾ ਕੁਝ ਰਿਜੈਕਟ ਕਰਨ ਲੱਗਿਆ ਹੋਇਆ ਤੇ ਨਿਬੜ ਗਈ ਸਾਡੀ ਗੱਲ ਇੰਨੀ ਗੱਲ ਵਿੱਚ ਤੁਸੀਂ ਇਹਨੂੰ ਐਂਡ ਕਰ ਸਕਦੇ ਆ ਕੋਟ ਬਿੱਤਾ ਚੱਲਣ ਲੱਗੀ ਵੀ ਆ ਕਿਉਂਕਿ ਤੁਸੀਂ ਪੈਸੇ ਦਿੱਤੇ ਵੀ ਤੁਸੀਂ ਚਲਾਉਣ ਲੱਗੇ ਵੀ ਅੱਗੇ ਹੋਗੇ ਬਾਕੀ ਤੁਸੀਂ ਕਹਿੰਦੇ ਵੀ ਮੇਰਾ ਰੋਲ ਆਲੀ ਮੈਕਅੱਪ ਦੇ ਵਿੱਚ ਹੁੰਦਾ ਬਾਜੀ ਜਿੱਥੇ ਪੰਜਾਬੀ ਨਾਲ ਕੁਝ ਗੱਲ ਹੁੰਦੀ ਨਾ ਉਹ ਸਾਰੇ ਆਪਾਂ ਭਰਾ ਆਏ ਸਾਰਿਆਂ ਨੂੰ ਖੜਨਾ ਚਾਹੀਦਾ ਏ ਸਾਡੇ ਬਜ਼ੁਰਗ ਸਾਰੇ ਗੁਰੂਆਂ ਨੇ ਇਹ ਹੀ ਸਿਖਾਇਆ ਇਹ ਪਪਰਾ ਹੈ ਕਿਸੇ ਦੀ ਭੈਣ ਉਹ ਮੇਰੀ ਭੈਣ ਕਿਸੇ ਦਾ ਭਰਾ ਉਹ ਮੇਰਾ ਭਰਾ ਹੈ ਭਾਵੇਂ ਮੈਂ ਇਟਲੀ 'ਚ ਜੰਪਲ ਹੋਇਆ ਪਰ ਮੇਹ ਜ ਖੂਨ ਮੇਰਾ ਉਹੀ ਹੈ ਜਿਹੜਾ ਉੱਥੇ ਦਾ ਸੀ ਇੰਡੀਆ ਪੰਜਾਬ ਦਾ ਸੀ ਮੇਰੇ ਮੰਮੀ ਡੈਡੀ ਤੋਂ ਥਰੂ ਮੈਨੂੰ ਉਹ ਖੂਨ ਮਿਲਿਆ ਉਹ ਖੂਨ ਹੈ ਹਜੇ ਪੰਜਾਬ ਦਾ ਹੀ ਜਿਨੀ ਮਰਜੀ ਇਟਾਲੀਅਨ ਬੋਲ ਲਵਾਂ ਜਿਨੀ ਮਰਜੀ ਇਟਲੀ ਬੋਲ ਲਵਾਂ ਮੈਂ ਇਟਾਲੀਅਨ ਲੈਂਗੁਏਜ ਬੋਲ ਲਵਾਂ ਪਰ ਮੈਂ ਰਹਿਣਾ ਪੰਜਾਬੀ ਉਹ ਕਿਉਂਕਿ ਮੇਰੇ ਖੂਨ ਜਿਹੜਾ ਕਿਸੇ ਨਾਲ ਹੁੰਦਾ ਤੱਕਾ ਮੇਰਾ ਖੂਨ ਉੱਬਲਦਾ ਫਿਰ ਇਹਦਾ ਮਤਲਬ ਕੀ ਹੈ ਫਿਰ ਇਹਦਾ ਮਤਲਬ ਇਹੀ ਹੈ ਕਿ ਮੈਂ ਪੰਜਾਬੀ ਆ ਫਿਰ ਜਿੱਥੇ ਪੰਜਾਬੀ ਨਾਲ ਤੱਕਾ ਹੁੰਦਾ ਆਪਣਾ ਹੱਕ ਆ ਉੱਥੇ ਖੜਨਾ ਕਲਾ ਦੇਖਦਾ ਤਮਾਸ਼ਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਇੱਕ ਦਿਨ ਆਪਣੇ ਨਾਲ ਵੀ ਹੁੰਦਾ ਨਾ ਫਿਰ ਰੱਬ ਉੱਥੀ ਲੈ ਕੇ ਆਉਂਦਾ ਬੰਦੇ ਨੂੰ ਵੀ ਤੂੰ ਝਾਕਦਾ ਸੀ ਹੁਣ ਦੂਜੇ ਵੀ ਤੈਨੂੰ ਝਾਕਦੇ ਆ ਤੈਨੂੰ ਦੇਖ ਕੇ ਕਿਦਾਂ ਮਹਿਸੂਸ ਹੁੰਦਾ ਫਿਰ ਤੁਹਾਨੂੰ ਵੀ ਉਹੀ ਮਹਿਸੂਸ ਫੀਲ ਕਰਾਉਂਦਾ ਫਿਰ ਉਹ ਕਰਮਾਂ ਦੀ ਖੇਡ ਆ ਭਾਜੀ ਸਭ ਕੁਝ ਜਿਹੜਾ ਕੁਝ ਤੁਸੀਂ ਭਰੂਗੇ ਉਹੀ ਦੁਆਲੇ ਝੋਲੀ ਜਾਊਗਾ ਇਹ ਮੈਂ ਇਹ ਕਹਿਣਾ ਚਾਹੁੰਦਾ ਸੀ ਬਸ ਇਹ ਵੀਡੀਓ ਦੇ ਥਰੂ ਵੀ ਤੁਸੀਂ ਇਹਨਾਂ ਨੂੰ ਬੱਸ ਕਰੋ ਬਾਲੀ ਬਦਨਾਮੀ ਥਵਾੜੀਓ ਹੁੰਦੀ ਰਹੀ ਹੈ ਜੀ ਸਮਝ ਜੇ ਜੀ ਬਜ਼ਰਮੀ ਤੁਹਾਡੀ ਉਹ ਹੋ ਰਹੀ ਆ ਜ਼ਿਆਦਾ ਦੇਖੋ ਸਾਰੇ ਗੇਮ ਵਿੱਚ ਕਟਾ ਤੁਹਾਨੂੰ ਮੇ ਪੈ ਰਿਹਾ ਏ ਮਾਨਕ ਨੂੰ ਨਹੀਂ ਪੈ ਰਿਹਾ ਕਟਾ ਮਾਨਕ ਦੇ ਤਾਂ ਫੈਨ ਹੈਗੇ ਆ ਉਹਦੇ ਹੋਰ ਫੈਨ ਬਣ ਜਣੇ ਆ ਜਿੱਦ ਤੁਸੀਂ ਕਹਿੰਦੇ ਪਏ ਨਾ ਵੀ ਗਰੀਬ ਆ ਉਹ ਤੋਂ ਕੋ ਪੈਸੇ ਨਹੀਂ ਹੈਗੇ ਪੈਸੇ ਬਹੁ ਬਣ ਜਣੇ ਆ ਉਹਦੇ ਕੋਲ ਠਾਤਕਰੀ ਸਹੀ ਕਹਿਆ ਐਨਆਰਆਈ ਇੱਕ ਖੜਿਆ ਬਾਅਦ ਚ ਦੋ ਖੜੇ ਤਿੰਨ ਪੰਜ ਬਹੁ ਖੜੇ ਆ ਬਹੁ ਖੜੇ ਆ ਇੱਥੇ ਕੱਲੇ ਮੈਂ ਗੱਲ ਕਰਦਾ ਪਿਆ ਸੀ ਬਹੁਤ ਉਹਦੇ ਹੱਕ ਚ ਉਹ ਇੱਥੇ ਬਹੁਤ ਜ਼ਿਆਦਾ ਹੱਕ ਦੇ ਉਹ ਬੋਲਦੇ ਪਏ ਆ ਜੀ ਤੇ ਮੈਂ ਕਹਿਣਾ ਚਾਹੁੰਦਾ ਹੈ ਬੰਦਾ ਤੁਸੀਂ ਬਦ ਇੰਟੈਲੀਜੈਂਟ ਲੱਗਦੇ ਪਏ ਆ ਠੀਕ ਆ ਮੇਤੂ ਤੁਹਾਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਐਂਡ ਤੱਕ ਨਾ ਲੈ ਕੇ ਜਾਓ ਇਹਨੂੰ ਬਦਨਾਮੀ ਨੂੰ ਪਹਿਲਾਂ ਹੀ ਨਬੇ ਹਟ ਦੋ ਤੁਹਾਡਾ ਜੀ ਫਾਇਦਾ ਇਹਦੇ ਵਿੱਚ ਠੀਕ ਆ ਜੀ ਹਾਂਜੀ ਨਾਲੇ ਤੁਸੀਂ ਕਹਿੰਦੇ ਪਏ ਆ ਨਾ ਵੀ ਉਹਨੂੰ ਅਕੜ ਨਹੀਂ ਹੈਗੀ ਬੋਲਣ ਦੀ ਵੀ ਉਹ ਦੇਖੋ ਕਿਦਾਂ ਪਿੰਡੂ ਜੀ ਬੋਲੀ ਬੋਲੀ ਜਾਂਦਾ ਬਾਈ ਜੀ ਉਹ ਪਿਆਰ ਬੋਲੀ ਆ ਪਿਆਰ ਬੋਲਦਾ ਉਹਦੇ ਵਿੱਚ ਉਹ ਬੰਦੇ 'ਚ ਬਹੁਤ ਜ਼ਿਆਦਾ ਪਿਆਰ ਆ ਉਹ ਕੋਈ ਓਲਾ ਨਹੀਂ ਰੱਖਦਾ ਜਿੱਦਾਂ ਤੁਸੀਂ ਕੰਨ ਰੱਖੀ ਵੀ ਨਾ ਦਿਮਾਗ ਵਿੱਚ ਪਾ ਕੇ ਪਹਿਲਾਂ ਮੜਾ ਦਾ ਝਾਕਦੇ ਆ ਤੁਸੀਂ ਫੇਰ ਬੋਲਦੇ ਆ ਠੀਕ ਆ ਜੀ ਤੁਸੀਂ ਦੇਖੋ ਮੈਂ ਇੰਟਰਵਿਊ ਦੇਖ ਰਹੀ ਹਾਂ ਤੁਹਾਡੀ ਗੱਲ ਤੁਸੀਂ ਫੇਰ ਉਦਾਂ ਹੀ ਬੈਠੇ ਤੇ ਤੁਸੀਂ ਨਾ ਪਤਾ ਕੀ ਆ ਤੁਸੀਂ ਬਾਹਰ ਨਹੀਂ ਜਾਣ ਦਿੰਦੇ ਉਹ ਜਿਹੜਾ ਇੱਕ ਸਵਾਲ ਕਰਦਾ ਤੁਸੀਂ ਬਲ ਬੋਲਿਓ ਜਾਂਦੇ ਬੋਲਿਓ ਜਾਂਦੇ ਤੁਸੀਂ ਉਹਨੂੰ ਕਹਿੰਦੇ ਵੀ ਇੰਟੈਲੀਜੈਂਟ ਨਹੀਂ ਹੈਗਾ ਉਹਨੂੰ ਬੋਲਣਾ ਨਹੀਂ ਆਉਂਦਾ ਮੈਂ ਕਹਿੰਦਾ ਦੋਨੋਂ ਨਹੀਂ ਬੋਲਣਾ ਆਉਂਦਾ ਹੈਗਾ ਤੁਸੀਂ ਬੋਲਿਓ ਜਾਂਦੇ ਬੋਲਿਓ ਜਾਂਦੇ ਇੱਕ ਸਲੈਡੀਟਸ ਨਾਲ ਉਹ ਤੁਹਾਨੂੰ ਸੁਵਾਬ ਕਰਦੀ ਇੱਕ ਤੁਹਾਡਾ 100 ਗੱਲਾਂ ਆਉਂਦੀਆਂ ਵਿੱਚ ਨਾ ਕੋਈ ਸਟੈਂਡ ਗੱਲ ਦਾ ਨਾ ਕੋਈ ਬਾਤ ਉਹ ਆਉਂਗਾ ਮੈਂ ਉਹ ਤੂੰ ਗੱਲ ਕਰਾਉਂਗਾ ਉਹ ਆਉਂਗਾ ਉਹਦੇ ਗੱਲ ਕਰਾਉਂਗਾ ਮੈਂ ਤੁਸੀਂ ਐਦਾਂ ਹੀ ਕਰੀ ਜਾਂਦੇ ਹੋ ਬਾਈ ਕੀ ਆ ਬਈ ਸਟੈਂਡਰਡ ਬੰਦਾ ਲੱਗਦਾ ਤੂੰ ਜਿੱਦਾਂ ਕਹਿੰਦਾ ਪਿਆ ਖਾਨਦਾਰ ਆ ਖਾਨਦਾਰ ਆ ਆਲੇ ਨੂੰ ਸਮਝਣਾ ਚਾਹੀਦਾ ਪਹਿਲਾਂ ਕਿ ਜਿਆਦਾ ਤੁਹਾਡੀ ਬਦਨਾਮੀ ਹੋ ਵੀ ਤੈਨੂੰ ਪਹਿਲਾਂ ਹੀ ਤੁਹਾਨੂੰ ਪਹਿਲਾਂ ਹੀ ਨਾ ਇਹ ਰਫਾਦਾਫਾ ਕਰਨਾ ਚਾਹੀਦਾ ਜੀ 15ਵੀਂ ਵਿੱਚ ਜਿੱਦਾਂ ਪਹਿਲਾਂ ਕਿ ਤੁਹਾਡੀ ਉਹ ਜਿਆਦਾ ਹੋ ਰਹੀ ਯਾਰ ਸਾਰੇ ਪਾਸੇ ਦੇਖ ਲੋ ਤੁਹਾਡੇ ਕੋਲ ਹਜੇ ਕੰਮ ਮੋਟਾ ਚੱਲਦਾ ਪਿਆ ਇੱਕ ਟਾਈਮ ਇਹ ਜਾਣਾ ਤੁਸੀਂ ਜਿਹੜਾ ਕਰਜ਼ੇ ਕੋਲੇ ਦੇ ਚੱਕੇ ਹੋਏ ਨਾ ਇਹਨਾਂ ਨੇ ਤੁਹਾਨੂੰ ਡਬੋ ਦੇਣਾ ਸਾਡੇ ਕੋਲ ਕਿਉਂਕਿ ਕਿਸੇ ਨੇ ਆਉਣਾ ਨਹੀਂ ਹੈਗਾ ਕਿਸੇ ਨੇ ਨਹੀਂ ਆਉਣਾ ਹੈਗਾ ਕੁੱਤਾ ਵੀ ਜਦ ਕਿਸੇ ਰੁੱਸ ਕੇ ਲੰਘ ਜਾਵੇ ਨਾ ਮਾਲਕ ਕੋਲ ਬੌਸ ਨਹੀਂ ਆਉਂਦਾ ਹੈਗਾ ਬਸ ਜੋ ਦੂਜਿਆਂ ਨੂੰ ਵੀ ਕਹਿੰਦਾ ਉਹ ਕੋ ਇਦਾਂ ਉਹਦੇ ਕੋ ਨਹੀਂ ਜਾਣਾ ਤੁਹਾਡੇ ਸਾਰੇ ਕੁੱਤੇ ਭੌਂਕੂਗੇ ਤੁਹਾਨੂੰ ਦੇਖ ਕੇ ਓਕੇ ਮੈਂ ਵੀ ਕਹਿਣਾ ਜੀ ਬਸ ਸੱਚੀ ਗੱਲ ਐਂਡ 'ਚ ਫੇਰ ਗਏ ਨਾ ਰਿਜੈਕਟ ਕਰੂ ਪਹਿਲਾਂ ਕਿ ਤਾਂ ਸਾਰਾ ਕੁਝ ਹੱਥੋਂ ਬਾਹਰ ਹੋ ਜਾਵੇ